फर्जी ट्रैवल एजेंटों द्वारा विदेश में भेजने और लोगों के साथ ठगी करने के मामले रुकने का नाम नहीं ले रहे। ताजा मामला जिला मोगा के गांव नेहरों के एक फर्जी ट्रैवल एजेंट द्वारा जिला मुक्तसर की रहने वाली महिला के परिवार के मेंबरों को दुबई भेजने के नाम पर करीब 1.5 लाख की ठगी मारने का मामला बड़ी देर से पुलिस के पास चल रहा था और एजेंट ट्रेस ना होने के कारण महिला द्वारा दी गई शिकायत दफ्तर दाखिल हो गई थी, लेकिन उक्त महिला को वह एजेंट हाथ लग गया और उसके साथ जमकर हाथापाई हुई और महिला ने उस फर्जी ट्रैवल एजेंट को थाना सदर की पुलिस के हवाले कर दिया। वहीं थाना सदर का एरिया ना होने के चलते पुलिस ने गांव मेहरों की पंचायत के कहने पर उक्त एजेंट को छोड़ दिया। वहीं महिला और ट्रैवल एजेंट की हाथापाई का वीडियो खूब वायरल हो गया है। महिला ने कहा उसने हमारे 2 आदमियों को दुबई का नकली वीज़ा दे दिया और हमारे आदमी दुबई से वापस आ गए। हमने पुलिस को शिकायतें की लेकिन कोई हल नहीं मिला और पुलिस ने उस शिकायत को दाखिल दफ्तर कर दिया, लेकिन आज वह एजेंट प्रतिपाल सिंह हमें चौक में मिल गया और हमने उसे पुलिस के हवाले कर दिया है। हरपाल सिंह, दिव्या पंजाब टीवी, मोगा। ਸੁਖਵਿੰਦਰ ਕੌਰ ਹੈ। ਸੁਖਵਿੰਦਰ ਕੌਰ ਜੀ ਕਿੱਥੋਂ ਰਹਿਣ ਵਾਲੇ? ਵੀਰੇ ਸੰਗੂਧੌਣ, ਪਿੰਡ ਸੰਗੂਧੌਣ, ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਹਾਂ। ਅਤੇ ਕਿਸ ਬੰਦੇ ਨੇ ਤੁਹਾਨੂੰ ਠੱਗੀ ਕੀਤੀ? ਪ੍ਰਿਤਪਾਲ ਸਿੰਘ ਸਨ ਆਫ ਪ੍ਰੇਮ ਸਿੰਘ, ਪਿੰਡ ਮਹਿਰੋਂ, ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ, ਜੋ ਕਿ ਏਜੰਟੀ ਦਾ ਕੰਮ ਕਰਦਾ। ਉਹ ਏਜੰਟੀ ਦੇ ਵਿੱਚ ਸਾਨੂੰ ਉਹਨੇ ਝਾਂਸਾ ਦੇ ਕੇ ਸਾਡੇ ਤੋਂ 3 ਲੱਖ ਰੁਪਏ ਦੀ ਲੁੱਟ ਕੀਤੀ ਹੈ ਜੀ। ਕਿੱਥੇ ਭੇਜਦਾ ਤਾ ਸਰ? ਵੀਰੇ ਸਾਨੂੰ ਦੁਬਈ ਭੇਜਦਾ, ਉਹਨੇ ਝਾਂਸਾ ਦਿੱਤਾ ਸੀ। ਕਿੰਨੇ ਲੋਕਾਂ ਨੂੰ ਦੁਬਈ ਭੇਜਦਾ ਸੀ? ਵੀਰੇ ਅਸੀਂ 2 ਬੰਦੇ ਸੀ ਜਿਹਨਾਂ ਨੂੰ ਬਾਹਰ ਭੇਜ ਰਹੇ ਸੀਗੇ, ਅਤੇ ਇਹਦੇ ਕਰਕੇ ਵੀਰੇ ਸਾਨੂੰ ਉਹਨੇ ਜਾਲੀ ਵੀਜ਼ਾ ਦਿੱਤਾ। ਜਾਲੀ ਵੀਜ਼ਾ, ਜੋ ਕਿ ਅਸੀਂ ਵੀ ਟਿਕਟ ਵੀ ਲੈ ਲਈ ਸੀ, ਬੰਦਾ ਵੀ ਚੜਾਤਾ ਸੀਗਾ ਸਾਨੂੰ ਉਹਨੇ, ਵੀ ਬਾਅਦ ਵਿੱਚ ਕਹਿੰਦਾ ਵੀਜ਼ਾ ਤੁਹਾਡਾ ਸਹੀ ਹੈ ਅਤੇ ਅਸੀਂ ਬੰਦਾ ਚੜਾਤਾ। ਜਦੋਂ ਬੰਦਾ ਬਾਹਰ ਦੇ ਵਿੱਚ ਉੱਥੋਂ ਮਿਰਸੀ ਦੇ ਵਿੱਚੋਂ ਉਹਨਾਂ ਨੇ ਵੀਜ਼ਾ ਪਾਸ ਕਰਨ ਲੱਗੇ ਤਾਂ ਉਹ ਜਾਲੀ ਵੀਜ਼ਾ ਨਿਕਲਿਆ ਵੀਰੇ। ਉਹ ਆਉਂਦੇ ਸਾਨੂੰ ਸਹੀ ਵੀਜ਼ਾ ਦਿਓ। ਅੱਜ ਕੀ ਘਟਨਾ ਹੋਈ ਹੈ ਜੀ? ਅੱਜ ਘਟਨਾ ਵੀਰੇ ਇਹ ਹੋਈ, ਅਸੀਂ ਹਕੂਮਤ ਵਾਲੇ ਆ ਰਹੀਆਂ ਸੀਗੀਆਂ, ਮੈਂ ਦੋਨੇ ਭੈਣਾਂ ਅਤੇ ਇੱਕ ਮੇਰਾ ਭਣੋਈਆ ਸੀਗਾ, ਇਹਦੇ ਉਹਦੇ ਅਸੀਂ ਉਹਦੇ ਭਤੀਜੇ ਦਾ ਪਤਾ ਲੈਣ ਆਉਂਦੇ ਸੀਗੇ। ਭਤੀਜੇ ਦਾ ਪਤਾ ਲੈਣ ਆਉਣ ਕਰਕੇ ਅਸੀਂ ਤਲਵੰਡੀ ਚੌਂਕ ਦੇ ਵਿੱਚ ਖੜੀਆਂ ਸੀਗੀਆਂ। ਕੁਦਰਤੀ ਇੱਕ ਜਨਾਨੀ ਤਾਰ ਰਿਹਾ ਸੀਗਾ, ਮੈਂ ਸਾਨੂੰ ਕੁਦਰਤੀ ਨਜ਼ਰ ਪੈ ਗਿਆ। ਜਦੋਂ ਨਜ਼ਰ ਪਿਆ ਮੈਂ ਕਿਹਾ ਵੀਰ ਭਲ ਭੱਜ ਲੈਣੀ ਆ ਗਿਆ ਉਹ ਪਿਰਤਪਾਲ, ਆਪਾਂ ਫੜ ਲਈਏ ਹੁਣ ਮੌਕੇ 'ਤੇ। ਜਦੋਂ ਅਸੀਂ ਵੀਰੇ ਫੜਿਆ ਅਸੀਂ 3 ਜਾਣੇ ਸੀਗੇ, ਅਸੀਂ ਮੌਕੇ 'ਤੇ ਦਾਦਾ ਮੋਟਰਸਾਈਕਲ ਦੀ ਚਾਬੀ ਕੱਢੀ, ਅਸੀਂ ਇਹਨੂੰ ਗਲਮੇ 'ਚ ਇਹਦਾ ਹੱਥ ਪਾਲਿਆ, ਅਸੀਂ ਗਾਲ ਵੀ ਦਿੱਤੀ ਇਹਨੇ ਸਾਨੂੰ ਗਾਲਾਂ ਗਲੋਚੀਆਂ। ਜਦੋਂ ਦੇਣ ਲੱਗ ਗਿਆ ਤੁਸੀਂ ਕੌਣ ਹੁੰਦੀਆਂ, ਤੁਸੀਂ ਦੱਲੀਆਂ, ਤੁਸੀਂ ਆਏ, ਫਿਰ ਅਸੀਂ ਗਾਲਾਂ ਕੱਢਣ ਲੱਗ ਗਈਆਂ ਵੀਰੇ। ਅਸੀਂ ਕੁੜਦੇ ਕੱਢਦੇ 2-4 ਮਾਰੀਆਂ ਵੀ ਇਹਦੇ, ਉਦੋਂ ਆਸੇ ਪਾਸੇ ਦੇ ਲੋਕ ਆ ਗਏ। ਜਦੋਂ ਆਸੇ ਪਾਸੇ ਦੇ ਲੋਕ ਆਏ ਫਿਰ ਸਾਡਾ ਵੀ ਇਹਨਾਂ ਨੇ ਆਵਾਜ਼ਾਂ ਸੁਣੀਆਂ, ਉਹਨਾਂ ਦੇ ਵੀ ਕੀ ਗੱਲ ਹੈ, ਸਾਡੇ ਨੇ ਠੱਗੀ ਮਾਰੀ ਹੈ, ਠੱਗੀ ਮਾਰਨ ਕਰਕੇ ਅਸੀਂ ਇਹਨੂੰ ਫੜ ਰਹੀਆਂ। ਇਹ ਜਨਾਨੀ ਤਾਰੀ ਜਾਂਦਾ ਸੀਗਾ, ਸਾਨੂੰ ਇਹ ਸਾਲ ਹੋ ਗਿਆ ਲੱਭ ਨਹੀਂ ਸੀ ਰਿਹਾ, ਇਹ ਕੁਦਰਤੀ ਸਾਨੂੰ ਅੱਜ ਮਿਲ ਗਿਆ। ਫਿਰ ਅਸੀਂ ਚੱਕ ਚੁਕਾ ਕੇ ਅਸੀਂ ਸਦਰ ਥਾਣੇ ਘੱਲਕਲਾਂ ਵਿੱਚ ਲਿਆਂਦਾ ਜੀ। ਤੁਹਾਡਾ ਪਹਿਲਾਂ ਕੇਸ ਵੀ ਚੱਲਦਾ ਸੀ ਇਹਨਾਂ ਨਾਲ ਕੋਈ? ਨਹੀਂ ਵੀਰੇ, ਸਾਡਾ ਪਹਿਲਾਂ ਅਸੀਂ SSP ਦਫ਼ਤਰ ਦਰਖਾਸਤ ਦਿੱਤੀ ਸੀ, ਜੋ ਕਿ ਉਹਨਾਂ ਨੇ ਦਾਖਲ ਕਰਤੀ ਸੀਗੀ, ਤੇ ਉਹ ਸਭੀ ਇੱਕ ਬੰਦਾ ਲੱਭ ਨਹੀਂ ਸੀ ਰਿਹਾ, ਉਹਨਾਂ ਨੇ ਦਾਖਲ ਕਰਨੀ ਸੀਗੀ ਦਰਖਾਸਤ। ਅੱਜ ਤੁਸੀਂ ਇਸ ਮਾਮਲੇ ਵਿੱਚ ਪੁਲਿਸ ਨੂੰ ਮਿਲੇ ਅਧਿਕਾਰੀ ਨੂੰ? ਹਾਂਜੀ ਵੀਰੇ, ਅਸੀਂ SSP ਦਫ਼ਤਰ ਮਿਲੇ ਹਾਂ ਅੱਜ, ਸਾਡਾ ਇੱਥੇ ਵੀ ਪਰਚੇ, ਅਸੀਂ ਦਰਖਾਸਤ ਦਿੱਤੀ ਹੈ, ਜੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਬਸ। ਸਰ, ਇੱਕ ਮਹਿਲਾ ਵੱਲੋਂ ਅੱਜ ਟਰੈਵਲ ਏਜੰਟ ਦੀ ਕੁੱਟਮਾਰ ਕੀਤੀ ਗਈ ਇੱਕ ਚੌਂਕ ਦੇ ਵਿੱਚ, ਔਰ ਤੁਹਾਡੇ ਕੋਲ ਲੈ ਕੇ ਆਏ ਸੀ ਇਸ ਟਰੈਵਲ ਏਜੰਟ ਨੂੰ, ਕੀ ਮਾਮਲਾ ਸਰ? ਇਹਦੇ 'ਚ ਸੁਖਵਿੰਦਰ ਕੌਰ ਨਾਮ ਦੀ ਔਰਤ ਹੈਗੀ ਹੈ, ਇਹਦਾ ਇਲਜ਼ਾਮ ਸੀਗਾ ਵੀ ਇਸ ਏਜੰਟ ਨੇ 1.5-1.5 ਸਾਲ ਪਹਿਲਾਂ ਇਹਨਾਂ ਤੋਂ ਬਾਹਰ ਭੇਜਣ ਦੇ ਉਸ ਦੇ ਵਿੱਚ ਪੈਸੇ ਲਏ ਸੀਗੇ। ਤੋ ਇਹਦੇ 'ਚ ਅਸੀਂ ਦੇਖਿਆ ਵੀ ਸਾਡੇ ਕੋਲ ਇੱਦਾਂ ਦੀ ਕੋਈ ਐਪਲੀਕੇਸ਼ਨ ਹੈ ਨਹੀਂ ਸੀਗੀ, ਔਰ ਇਹ ਜਿਹੜੀ ਲੇਡੀਜ਼ ਹੈ ਮੁਕਤਸਰ ਦੀ ਰਹਿਣ ਵਾਲੀ ਹੈ, ਔਰ ਇਹ ਜਿਹੜਾ ਆਦਮੀ ਸੀ ਪ੍ਰਿਤਪਾਲ ਸਿੰਘ, ਇਹ ਮਹਿਰੋਂ ਪਿੰਡ ਥਾਣਾ ਮਹਿਲਾ ਦਾ ਰਹਿਣ ਵਾਲਾ, ਔਰ ਇਹਨਾਂ ਦੀ ਇਸ ਸੰਬੰਧ ਵਿੱਚ ਐਪਲੀਕੇਸ਼ਨ ਜਿਹੜੀ ਸੀਗੀ ਉਹ ਹਿਊਮਨ ਟ੍ਰੈਫਿਕਿੰਗ ਜਿਹੜਾ ਹੈਗਾ ਵੀ ਉਹਦੇ ਕੋਲ ਚੱਲ ਰਹੀ ਸੀਗੀ। ਸੋ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ, ਪਰ ਇਹਨੇ ਵਿੱਚ ਇਹਨਾਂ ਜਿਹੜੇ ਹੈਗੇ ਪਿੱਛੇ ਕੋਈ ਬੰਦੇ ਆ ਗਏ ਸੀ ਮੋਤਬਾਰ,
ਔਰ ਇਹਨਾਂ ਦਾ ਆਪਸ ਦੇ ਵਿੱਚ ਬਾਹਰ ਬੈਠ ਕੇ ਸੈਟਲਮੈਂਟ ਹੋ ਗਈ ਹੈ, ਜਿਹਨਾਂ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਪੈਸੇ ਦੇ ਦੇਣਗੇ 15 ਤਰੀਕ ਨੂੰ। ਤੋ ਅਸੀਂ ਸਾਡੀ ਕੁਝ ਰਿਸਟ੍ਰਿਕਸ਼ਨ ਨਹੀਂ ਸੀ ਬਣਦੀ, ਇਸ ਕਰਕੇ ਕਰ ਪਏ ਨੇ। ਕਿੰਨੇ ਪੈਸੇ ਦੀ ਠੱਗੀ ਸੀ ਸਰ? ਕਰੀਬ ਦੋਨੋਂ ਲੇਡੀਜ਼ ਨਾਲ 1.5 ਲੱਖ ਦੇ ਮਾਮਲੇ ਦੀ ਹੈ, 1.5 ਲੱਖ ਰੁਪਏ, 70-70 ਹਜ਼ਾਰ ਦੇ ਨੇੜੇ ਪਿਆ ਸੀਗਾ। ਅਤੇ ਕਿੰਨੇ ਦਿਨ ਬਾਅਦ ਅੱਜ ਇਹਨਾਂ ਨੂੰ ਮਿਲਿਆ, ਇਹਨਾਂ ਨੇ ਕੁੱਟਮਾਰ ਕੀਤੀ ਦੇ ਨਾਲ? ਲੇਡੀਜ਼ ਦੇ ਕਹਿਣ ਦਾ ਹੈਗਾ ਕਿ 1.5-2 ਸਾਲ ਬਾਅਦ ਸਾਨੂੰ ਮਿਲਿਆ ਸੀਗਾ ਤਲਵੰਡੀ ਦੇ ਨੇੜੇ। ਸਰ, ਇੱਕ ਮਹਿਲਾ ਵੱਲੋਂ ਅੱਜ ਟਰੈਵਲ ਏਜੰਟ ਦੀ ਕੁੱਟਮਾਰ ਕੀਤੀ ਗਈ ਇੱਕ ਚੌਂਕ ਦੇ ਵਿੱਚ, ਔਰ ਤੁਹਾਡੇ ਕੋਲ ਲੈ ਕੇ ਆਏ ਸੀ ਉਸ ਟਰੈਵਲ ਏਜੰਟ ਨੂੰ, ਕੀ ਮਾਮਲਾ ਸਰ? ਇਹਦੇ 'ਚ ਸੁਖਵਿੰਦਰ ਕੌਰ ਨਾਮ ਦੀ ਔਰਤ ਹੈਗੀ ਹੈ, ਇਹਦਾ ਇਲਜ਼ਾਮ ਸੀਗਾ ਕਿ ਇਸ ਏਜੰਟ ਨੇ 1.5-1.5 ਸਾਲ ਪਹਿਲਾਂ ਇਹਨਾਂ ਤੋਂ ਬਾਹਰ ਭੇਜਣ ਦੇ ਉਸਦੇ ਵਿੱਚ ਪੈਸੇ ਲਏ ਸੀਗੇ। ਤੋ ਇਹਦੇ 'ਚ ਅਸੀਂ ਦੇਖਿਆ ਵੀ ਸਾਡੇ ਕੋਲ ਇੱਦਾਂ ਦੀ ਕੋਈ ਐਪਲੀਕੇਸ਼ਨ ਹੈ ਨਹੀਂ ਸੀਗੀ, ਔਰ ਇਹ ਜਿਹੜੀ ਲੇਡੀਜ਼ ਹੈ ਮੁਕਤਸਰ ਦੀ ਰਹਿਣ ਵਾਲੀ ਹੈ, ਔਰ ਇਹ ਜਿਹੜਾ ਆਦਮੀ ਸੀ ਪ੍ਰਿਤਪਾਲ ਸਿੰਘ, ਇਹ ਮਹਿਰੋ ਪਿੰਡ ਥਾਣਾ ਮਹਿਲਾ ਦਾ ਰਹਿਣ ਵਾਲਾ, ਔਰ ਇਹਨਾਂ ਦੀ ਇਸ ਸੰਬੰਧ ਵਿੱਚ ਐਪਲੀਕੇਸ਼ਨ ਜਿਹੜੀ ਸੀਗੀ ਉਹ ਹਿਊਮਨ ਟ੍ਰੈਫਿਕਿੰਗ ਜਿਹੜਾ ਹੈਗਾ ਵੀ ਉਹਦੇ ਕੋਲ ਚੱਲ ਰਹੀ ਸੀਗੀ। ਸੋ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ, ਪਰ ਇਹਨੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਪਿੱਛੇ ਕੋਈ ਬੰਦੇ ਆ ਗਏ ਸੀ ਮੋਦ ਪਰ, ਔਰ ਇਹਨਾਂ ਦਾ ਆਪਸ ਦੇ ਵਿੱਚ ਬਾਹਰ ਬੈਠ ਕੇ ਸੈਟਲਮੈਂਟ ਹੋ ਗਈ ਹੈ, ਜਿਹਨਾਂ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਪੈਸੇ ਦੇ ਦੇਣਗੇ 15 ਤਰੀਕ ਨੂੰ। ਤੋ ਅਸੀਂ ਸਾਡੀ ਕੁਝ ਰਿਸਟ੍ਰਿਕਸ਼ਨ ਨਹੀਂ ਸੀ ਬਣਦੀ, ਇਸ ਕਰਕੇ ਕਰ ਪਏ ਨੇ। ਕਿੰਨੇ ਪੈਸੇ ਦੀ ਠੱਗੀ ਸੀ ਸਰ? ਕਰੀਬ ਦੋਨੋਂ ਲੇਡੀਜ਼ ਨਾਲ 1.5 ਲੱਖ ਦੇ ਮਾਮਲੇ ਦੀ ਹੈ, 1.5 ਲੱਖ ਰੁਪਏ, 70-70 ਹਜ਼ਾਰ ਦੇ ਨੇੜੇ ਪਿਆ ਸੀਗਾ। ਅਤੇ ਕਿੰਨੇ ਦਿਨ ਬਾਅਦ ਅੱਜ ਇਹਨਾਂ ਨੂੰ ਮਿਲਿਆ, ਇਹਨਾਂ ਨੇ ਕੁੱਟਮਾਰ ਕੀਤੀ ਦੇ ਨਾਲ? ਲੇਡੀਜ਼ ਦੇ ਕਹਿਣ ਦਾ ਹੈਗਾ ਕਿ 1.5-2 ਸਾਲ ਬਾਅਦ ਸਾਨੂੰ ਮਿਲਿਆ ਸੀਗਾ ਤਲਵੰਡੀ ਦੇ ਨੇੜੇ। ਹਰਪਾਲ ਸਿੰਘ, ਦਿਵਿਆ ਪੰਜਾਬ ਟੀਵੀ, ਮੋਗਾ।